ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਸਿੰਪਲ ਜੀ ਪੰਜਾਬੀ ਚਟਨੀ ਬਣਾ ਲੈਂਦੇ ਹਾਂ ਡੰਡੇ ਕੁੰਡੇ ਦੇ ਨਾਲ। ਅਤੇ ਇਹਦੇ ਵਾਸਤੇ ਮੈਂ 3 ਕੁ ਮਿਰਚਾਂ ਲਈਆਂ ਸੀਗੀਆਂ ਹਰੀਆਂ, ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਕੁੱਟ ਲਿਆ ਪਹਿਲੇ। ਫਿਰ ਅਸੀਂ ਆਪਣੀਆਂ ਮਿਰਚਾਂ ਦੇ ਵਿੱਚ ਪਾਵਾਂਗੇ ਧਨੀਆ ਅਤੇ ਨਾਲ ਮਿੰਟ ਪੁਦੀਨਾ, ਪੁਦੀਨਾ ਅਤੇ ਧਨੀਆ ਪਾ ਲਓ। ਹੁਣ ਬਸ ਇਹਨੂੰ ਕੁੱਟ ਲਓ ਇਹਦੇ ਵਿੱਚ। ਹੁਣ ਮੈਂ ਇਹਦੇ ਵਿੱਚ ਪਿਆਜ਼ ਪਾਵਾਂਗੀ, ਅਨੀਅਨ ਪਾ ਲਓ ਤੁਸੀਂ, 1 ਅਨੀਅਨ ਪਾ ਲਓ, ਅਤੇ ਫਿਰ ਆਪਾਂ ਇਹਨੂੰ ਵੀ ਕੁੱਟਾਂਗੇ ਇਹਦੇ ਵਿੱਚ। ਹੁਣ ਮੈਂ ਇਹਦੇ ਵਿੱਚ 1 ਚਮਚਾ ਆਮਚੂਰ ਪਾਵਾਂਗੀ, 1 ਚਮਚਾ ਸੋਲਟ ਪਾਵਾਂਗੇ, ਅਰਾਊਂਡ 1.5 ਚਮਚਾ। ਇਹ ਤੁਹਾਡੇ ਆਪਣੇ ਟੇਸਟ 'ਤੇ ਆ, ਔਰ ਤੁਸੀਂ ਬਾਅਦ ਵਿੱਚ ਵੀ ਪਾ ਸਕਦੇ ਹਾਂ ਚਟਨੀ ਜੇ ਤੁਹਾਨੂੰ ਲੱਗਦਾ ਥੋੜ੍ਹਾ ਘੱਟ ਹੋ ਗਿਆ। ਅਤੇ ਅਨਾਰਦਾਣਾ ਪਾਵਾਂਗੇ, ਅਨਾਰਦਾਣਾ ਜ਼ਰੂਰੀ ਆ, ਮਤਲਬ ਫਲੇਵਰ ਬਹੁਤ ਵਧੀਆ ਬਣਦਾ ਆਪਣੀ ਚਟਨੀ ਦਾ ਅਨਾਰਦਾਣੇ ਦੇ ਨਾਲ। ਜੇ ਨਹੀਂ ਹੁੰਦਾ ਤਾਂ ਇਟਸ ਓਕੇ, ਬਟ ਜੇ ਹੈਗਾ ਤਾਂ ਜ਼ਰੂਰ ਪਾਉਣਾ ਚਾਹੀਦਾ। ਥੋੜ੍ਹਾ ਜਿਹਾ ਗੁੜ ਵੀ ਪਾ ਲਿਆ ਮੈਂ ਇਹਦੇ ਵਿੱਚ, ਤੁਸੀਂ ਚਾਹੋ ਤਾਂ ਥੋੜ੍ਹਾ ਜਿਹਾ ਜ਼ਿਆਦਾ ਪਾ ਸਕਦੇ ਹਾਂ। ਅਤੇ ਵੈਸੇ ਤਾਂ ਅਸੀਂ ਸ਼ੱਕਰ ਪਾਉਂਦੇ ਹਾਂ, ਪਰ ਮੇਰੇ ਕੋਲ ਸ਼ੱਕਰ ਨਹੀਂ ਹੈਗੀ, ਸੋ ਅਸੀਂ ਗੁੜ ਪਾ ਲਿਆ। ਸੋ ਗੁੜ ਜਿਹੜਾ ਆ ਉਹ ਇਹਦਾ ਐਕਚੁਅਲ ਦੇ ਵਿੱਚ ਜਿਹੜਾ ਸਵਾਦ ਆ ਨਾ ਉਹ ਖੱਟਾ ਮਿੱਠਾ ਬਣਾਏਗਾ, ਆਪਾਂ ਸਾਰਿਆਂ ਨੂੰ ਪਤਾ ਹੀ ਹੈ ਵੈਸੇ। ਬਟ ਯਾ, ਸੋ ਇਹਨੂੰ ਬਸ ਕੁੱਟ ਲਓ, ਜਿੰਨਾ ਜ਼ਿਆਦਾ ਤੁਸੀਂ ਇਹਨੂੰ ਬਿਲਕੁਲ ਸਮੂਥ ਕਰਨਾ ਸਮੂਥ ਕਰ ਲਓ, ਥੋੜ੍ਹੀ ਜਿਹੀ ਚੰਕੀ ਜਿਹੀ ਰੱਖਣੀ ਆ ਤਾਂ ਉਸ ਤਰ੍ਹਾਂ ਵੀ ਰੱਖ ਸਕਦੇ ਹਾਂ ਆਪਾਂ। ਅਤੇ ਇਹ ਆਪਣੀ ਚਟਨੀ ਤਿਆਰ ਆ। ਸੋ ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ। ਸੋ ਸੀ ਯੂ, ਐਂਡ ਆਪਣਾ ਧਿਆਨ ਰੱਖੋ, ਅਤੇ ਥੈਂਕ ਯੂ ਅਗੇਨ, ਬਾਏ।